ਅਸੀਂ ਰੇਤ ਦੀ ਹੱਦੀ ਹੈ ਜਿਸ ਦੇ ਉੱਤੇ ਸਾਰੇ ਦੇਸ਼ ਦੀ ਤਰੱਕੀ ਨਿਰਭਰ ਹੈ। ਉਹਨੂੰ ਮਜ਼ਬੂਤ ਕਰਨਾ ਚਾਹੀਦਾ। ਹਰ ਇਲੈਕਸ਼ਨ 'ਚ ਵਾਅਦੇ ਹੋ ਜਾਂਦੇ ਆ ਸਵਾਮੀਨਾਥਨ ਰਿਪੋਰਟ ਦੀ, ਅਸੀਂ ਵੀ ਸਾਰੀ ਉਮਰ ਉਹ ਸੁਣਦੇ ਆ ਰਹੇ ਹਾਂ, ਲੇਕਿਨ ਗੱਲ ਪੁੱਛੀ ਆ। ਹੁਣ ਤੁਸੀਂ ਮੱਕੀ ਦੀ ਗੱਲ ਦੇਖ ਲਓ, ਕਹਿੰਦੇ ਸੀ ਕੱਲ ਇੱਕ ਆਦਮੀ ਕਹਿ ਰਿਹਾ ਸੀ ਜੀ 900 ਰੁਪਏ ਦੇਣੀ ਤਾਂ ਮੈਨੂੰ ਦੇ ਦਿਓ, ਕੈਥਲ ਦਾ ਰੇਟ 900 ਰੁਪਏ ਦਾ। ਤਾਂ ਸਿਸਟਮ ਨਹੀਂ ਪਤਾ ਕੀ ਹੈ, ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਕਿਸਾਨ ਯੂਨੀਅਨ ਦਾ ਸਾਥ ਦੇਣਾ ਚਾਹੀਦਾ। ਤਾਂ ਜੋ ਵੀ CID ਵਾਲੇ ਭਾਈ ਹਮਾਰੀ ਆਵਾਜ਼ ਸੁਣ ਰਹੇ ਹੈ, ਇਹ ਮੁਝੇ ਪੂਰਾ ਵਿਗਿਆਪਨ ਦੇਣੇ ਕੇ ਲੀਏ ਸਾਹਾ ਚੌਂਕ ਕੇ ਉੱਪਰ ਜਾਏਂਗੇ ਔਰ ਜਲਦ ਸੇ ਜਲਦ ਉਸਕੀ ਸੂਚਨਾ ਜੋ ਹੈ DC ਸਾਹਿਬ ਕੋ ਦੀ ਜਾਏ, ਤਾਂ ਕਿ ਸਮੇਂ ਜੋ ਅੰਤਰ ਹੈ ਉਹ ਕਾਰਵਾਈ ਜੋ ਹੈ ਉਸਕੀ ਸਮਾਪਤੀ ਹੋ। ਔਰ ਹਮਾਰੇ ਬੀਚ ਮੇਂ ਠਾਕੁਰ ਸਿੰਘ ਜੀ ਕੇਸਰੀ ਸੇ ਆਏ ਹੋਏ ਹੈ, ਉਹ ਆਪਣੇ ਵਿਚਾਰੋਂ ਸੇ ਕਿਸਾਨੋ ਕੋ ਅਵਗਤ ਕਰਾਏਂਗੇ ਔਰ ਕਿਸਾਨ ਭਾਈਓ ਜੋ ਅਭੀ ਤੱਕ ਨਹੀਂ ਪਹੁੰਚੇ, ਜੋ ਅਭੀ ਤੱਕ ਵੀ ਕਿਸਾਨ ਭਾਈ ਹਮਾਰੇ ਮੰਡੀ ਮੇਂ ਬੈਠੇ ਹੋਏ ਹੈ, ਜਹਾਂ ਤੱਕ ਹਮਾਰੀ ਆਵਾਜ਼ ਚੱਲ ਰਹੀ ਹੈ, ਉਨਸੇ ਵੀ ਬੇਨਤੀ ਹੈ ਕਿ ਜਲਦ ਸੇ ਜਲਦ ਯਹਾਂ ਪਹੁੰਚੇ, ਤਾਂ ਕਿ ਜੋ ਆਪ ਆਪਣੇ ਖੂਨ ਪਸੀਨੇ ਕੀ ਕਮਾਈ ਉਹ ਯਹਾਂ ਦਿਨ ਰਾਤ ਮਿਹਨਤ ਕਰਕੇ ਆਜ ਮੰਡੀ ਕੇ ਅੰਦਰ ਲੈ ਕੇ ਆਏ ਹੋ ਕਿਸਾਨ ਭਾਈਓ, ਆਜ ਉਸਕੋ ਉਸਕਾ ਭਾਵ ਨਹੀਂ ਮਿਲ ਰਹਾ।